ਸਾਡੀ ਦੋ ਕੰਪਨੀ ਪੈਰਾਮਿਲਟਰੀ ਐਜ਼ ਪਰ ਨੋਰਮ ਲੱਗੀਆਂ ਨੇ ਜੀ, ਅਤੇ ਬਾਕੀ ਵੀ ਸਾਰੇ ਬੂਥਾਂ ਦੇ ਉੱਤੇ ਐਜ਼ ਪਰ ਨੋਰਮ ਫੋਰਸ ਲੱਗੀ ਹੋਈ ਹੈ ਡਿਸਟ੍ਰਿਕਟ ਦੀ, ਔਰ ਪੀਸਫੁਲ ਬਿਲਕੁਲ ਚੱਲ ਰਿਹਾ, ਪੋਲਿੰਗ ਸਟਾਰਟ ਹੋ ਗਈ। ਦੇਖਿਆ ਜਾਂਦਾ ਤੁਹਾਡੇ ਵੱਲੋਂ ਹਰ ਇੱਕ ਇੱਕ ਬੂਥ ਕਿਹੜਾ ਤੁਸੀਂ ਆਪ ਜਾ ਕੇ ਕਿਹੜਾ ਚੈੱਕ ਕੀਤਾ ਜਾ ਰਿਹਾ, ਮੁਲਾਜ਼ਮਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ, ਉਹਨਾਂ ਨੂੰ ਇਹ ਵਿਸ਼ਵਾਸ ਵੀ ਕਿਹੜੇ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ? ਜੀ ਜੀ ਨਹੀਂ, ਉਹ ਤਾਂ ਅਸੀਂ ਜਿਹੜੇ ਸਾਡੇ ਫੋਰਸ ਲੱਗੀ ਹੋਈ ਹੈ ਉਹਨਾਂ ਦੀ ਵੈਲਫੇਅਰ ਵੀ ਦੇਖਣਾ ਸਾਡਾ ਫਰਜ਼ ਹੈ, ਔਰ ਉਹ ਅਸੀਂ ਰੈਗੂਲਰਲੀ। ਕਿੰਨੀਆਂ ਕੰਪਨੀਆਂ ਲਗਾਈਆਂ ਗਈਆਂ ਪੈਰਾਮਿਲਟਰੀ ਫੋਰਸ ਤੇ, ਕਿੰਨੇ ਮੁਲਾਜ਼ਮ ਪੰਜਾਬ ਪੁਲਿਸ ਦੇ ਅਫਸਰ ਲਗਾਏ? ਦੋ ਕੰਪਨੀਆਂ ਪੈਰਾਮਿਲਟਰੀ ਦੀਆਂ ਲੱਗੀਆਂ ਹੋਈਆਂ ਜੀ, ਜਿਹੜੇ ਵਲਨਰੇਬਲ ਹੈ, ਜੋ ਐਸ ਪਰ ਨੋਰਮ ਹੈ ਉਹਦੇ ਮੁਤਾਬਿਕ ਸਾਰੀ ਫੋਰਸ ਲੱਗੀ ਹੋਈ ਹੈ ਜੀ। ਉੱਪਰੋਂ ਹੀ ਨੋਰਮ ਆਉਂਦਾ ਹੈ ਜੀ ਉਹਦੇ ਮੁਤਾਬਿਕ। ਪੰਜਾਬ ਪੁਲਿਸ ਦੀ ਗੱਲ ਕਰੀਏ, ਕਿੰਨੇ ਮੁਲਾਜ਼ਮ, ਕਿੰਨੇ ਸੀਨੀਅਰ ਅਫਸਰ ਕਿਹੜੇ ਲੱਗੇ? ਜੀ ਜਿੰਨੇ ਵੀ ਆਫੀਸਰ ਫੀਲਡ ਦੇ ਹੈਗੇ ਆ ਜੀ, ਸਾਡੇ ਸਾਰੇ ਹੀ ਔਨ ਡਿਊਟੀ ਹੈਗੇ ਜੀ। ਜੀ ਗੱਲ ਕਰੀਏ, ਬੀਤੀ ਰਾਤ ਬਹੁਤ ਮਾਹੌਲ ਵੈਸਟ ਹਲਕੇ ਦਾ ਹੋਇਆ ਸੀ, ਥਾਂ ਥਾਂ ਤੇ ਜਾ ਕੇ, ਜਿਸ ਦੇ ਵਿੱਚ ਤੁਹਾਡੇ ਵੱਲੋਂ ਪੂਰਾ ਪ੍ਰਬੰਧ ਕਿਹੜੇ ਕੀਤੇ ਗਏ, ਮੌਕੇ ਤੇ ਪੁਲਿਸ ਜਾ ਕੇ ਕਿਹੜਾ ਮਾਹੌਲ ਨੂੰ ਸ਼ਾਂਤ ਕੀਤਾ ਗਿਆ? ਦੇਖੋ ਮਾਹੌਲ ਬਿਲਕੁਲ ਕੱਲ੍ਹ ਵੀ ਪੀਸਫੁਲ ਸੀਗਾ ਜੀ, ਪੁਲਿਸ ਡੋਮੀਨੇਟ ਕਰ ਰਹੀ ਸੀ, ਪੈਟਰੋਲਿੰਗ ਪਾਰਟੀਜ਼ ਲੱਗੀਆਂ ਹੋਈਆਂ ਸੀ, ਨਾਕੇ ਲੱਗੇ ਹੋਏ ਸੀ, ਇਸ ਕਰਕੇ ਪੁਲਿਸ ਜ਼ਿਆਦਾ ਪ੍ਰੈਜੈਂਸ ਕਰਕੇ ਇਹ ਲੱਗ ਰਿਹਾ ਸੀ ਕਿ ਪਤਾ ਨਹੀਂ ਕੀ ਹੋ ਗਿਆ, ਕੁਛ ਨਹੀਂ ਸੀ, ਬਿਲਕੁਲ ਪੀਸਫੁਲ ਹੈ, ਉਹ ਅੱਜ ਵੀ ਪੀਸਫੁਲ ਰਹੇ। ਵੋਟਰਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਕੀਤੀ ਜਾ ਰਹੀ? ਬਿਲਕੁਲ ਆ ਕੇ ਵੋਟ ਪਾਉਣ ਜੀ, ਸਵੇਰੇ ਸਵੇਰੇ ਪਾਉਣ, ਸਗੋਂ ਠੰਡਾ ਮੌਸਮ ਹੈ ਅਤੇ ਜਲਦੀ ਵੋਟਿੰਗ ਹੋਏ, ਜ਼ਿਆਦਾ ਵੋਟ ਪਾਉਣ। ਸਾਡੀ ਦੋ ਕੰਪਨੀ ਪੈਰਾਮਿਲਟਰੀ ਐਜ਼ ਪਰ ਨੋਰਮ ਲੱਗੀਆਂ ਨੇ ਜੀ, ਅਤੇ ਬਾਕੀ ਵੀ ਸਾਰੇ ਬੂਥਾਂ ਦੇ ਉੱਤੇ ਐਜ਼ ਪਰ ਨੋਰਮ ਫੋਰਸ ਲੱਗੀ ਹੋਈ ਹੈ ਡਿਸਟ੍ਰਿਕਟ ਦੀ, ਔਰ ਪੀਸਫੁਲ ਬਿਲਕੁਲ ਚੱਲ ਰਿਹਾ, ਪੋਲਿੰਗ ਸਟਾਰਟ ਹੋ ਗਈ। ਦੇਖਿਆ ਜਾਂਦਾ ਤੁਹਾਡੇ ਵੱਲੋਂ ਹਰ ਇੱਕ ਇੱਕ ਬੂਥ ਕਿਹੜਾ ਤੁਸੀਂ ਆਪ ਜਾ ਕੇ ਕਿਹੜਾ ਚੈੱਕ ਕੀਤਾ ਜਾ ਰਿਹਾ, ਮੁਲਾਜ਼ਮਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ, ਉਹਨਾਂ ਨੂੰ ਇਹ ਵਿਸ਼ਵਾਸ ਵੀ ਕਿਹੜੇ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ? ਜੀ ਜੀ ਨਹੀਂ, ਉਹ ਤਾਂ ਅਸੀਂ ਜਿਹੜੇ ਸਾਡੇ ਫੋਰਸ ਲੱਗੀ ਹੋਈ ਹੈ ਉਹਨਾਂ ਦੀ ਵੈਲਫੇਅਰ ਵੀ ਦੇਖਣਾ ਸਾਡਾ ਫਰਜ਼ ਹੈ, ਔਰ ਉਹ ਅਸੀਂ ਰੈਗੂਲਰਲੀ। ਕਿੰਨੀਆਂ ਕੰਪਨੀਆਂ ਲਗਾਈਆਂ ਗਈਆਂ ਪੈਰਾਮਿਲਟਰੀ ਫੋਰਸ ਤੇ, ਕਿੰਨੇ ਮੁਲਾਜ਼ਮ ਪੰਜਾਬ ਪੁਲਿਸ ਦੇ ਅਫਸਰ ਲਗਾਏ? ਦੋ ਕੰਪਨੀਆਂ ਪੈਰਾਮਿਲਟਰੀ ਦੀਆਂ ਲੱਗੀਆਂ ਹੋਈਆਂ ਜੀ, ਜਿਹੜੇ ਵਲਨਰੇਬਲ ਹੈ, ਜੋ ਐਜ਼ ਪਰ ਨੋਰਮ ਹੈ ਉਹਦੇ ਮੁਤਾਬਿਕ ਸਾਰੀ ਫੋਰਸ ਲੱਗੀ ਹੋਈ ਹੈ ਜੀ। ਉੱਪਰੋਂ ਹੀ ਨੋਰਮ ਆਉਂਦਾ ਹੈ ਜੀ ਉਹਦੇ ਮੁਤਾਬਿਕ। ਪੰਜਾਬ ਪੁਲਿਸ ਦੀ ਗੱਲ ਕਰੀਏ, ਕਿੰਨੇ ਮੁਲਾਜ਼ਮ, ਕਿੰਨੇ ਸੀਨੀਅਰ ਅਫਸਰ ਕਿਹੜੇ ਲੱਗੇ? ਜੀ ਜਿੰਨੇ ਵੀ ਆਫੀਸਰ ਫੀਲਡ ਦੇ ਹੈਗੇ ਆ ਜੀ, ਸਾਡੇ ਸਾਰੇ ਹੀ ਔਨ ਡਿਊਟੀ ਹੈਗੇ ਜੀ। ਜੀ ਗੱਲ ਕਰੀਏ, ਬੀਤੀ ਰਾਤ ਬਹੁਤ ਮਾਹੌਲ ਵੈਸਟ ਹਲਕੇ ਦਾ ਹੋਇਆ ਸੀ, ਥਾਂ ਥਾਂ ਤੇ ਜਾ ਕੇ, ਜਿਸ ਦੇ ਵਿੱਚ ਤੁਹਾਡੇ ਵੱਲੋਂ ਪੂਰਾ ਪ੍ਰਬੰਧ ਕਿਹੜੇ ਕੀਤੇ ਗਏ, ਮੌਕੇ ਤੇ ਪੁਲਿਸ ਜਾ ਕੇ ਕਿਹੜਾ ਮਾਹੌਲ ਨੂੰ ਸ਼ਾਂਤ ਕੀਤਾ ਗਿਆ? ਦੇਖੋ ਮਾਹੌਲ ਬਿਲਕੁਲ ਕੱਲ੍ਹ ਵੀ ਪੀਸਫੁਲ ਸੀਗਾ ਜੀ, ਪੁਲਿਸ ਡੋਮੀਨੇਟ ਕਰ ਰਹੀ ਸੀ, ਪੈਟਰੋਲਿੰਗ ਪਾਰਟੀਜ਼ ਲੱਗੀਆਂ ਹੋਈਆਂ ਸੀ, ਨਾਕੇ ਲੱਗੇ ਹੋਏ ਸੀ, ਇਸ ਕਰਕੇ ਪੁਲਿਸ ਜ਼ਿਆਦਾ ਪ੍ਰੈਜੈਂਸ ਕਰਕੇ ਇਹ ਲੱਗ ਰਿਹਾ ਸੀ ਕਿ ਪਤਾ ਨਹੀਂ ਕੀ ਹੋ ਗਿਆ, ਕੁਛ ਨਹੀਂ ਸੀ, ਬਿਲਕੁਲ ਪੀਸਫੁਲ ਹੈ, ਉਹ ਅੱਜ ਵੀ ਪੀਸਫੁਲ ਰਹੇ। ਵੋਟਰਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਕੀਤੀ? ਬਿਲਕੁਲ ਆ ਕੇ ਵੋਟ ਪਾਉਣ ਜੀ, ਸਵੇਰੇ ਸਵੇਰੇ ਪਾਉਣ, ਸਗੋਂ ਠੰਡਾ ਮੌਸਮ ਹੈ ਅਤੇ ਜਲਦੀ ਵੋਟਿੰਗ ਹੋਏ, ਜ਼ਿਆਦਾ ਵੋਟ ਪਾਉਣ। ਸਾਡੀ ਦੋ ਕੰਪਨੀ ਪੈਰਾਮਿਲਟਰੀ ਦੀ ਐਜ਼ ਪਰ ਨੋਰਮ ਲੱਗੀਆਂ ਨੇ ਜੀ, ਅਤੇ ਬਾਕੀ ਵੀ ਸਾਰੇ ਬੂਥਾਂ ਦੇ ਉੱਤੇ ਐਜ਼ ਪਰ ਨੋਰਮ ਫੋਰਸ ਲੱਗੀ ਹੋਈ ਹੈ ਡਿਸਟ੍ਰਿਕਟ ਦੀ, ਔਰ ਪੀਸਫੁਲ ਬਿਲਕੁਲ ਚੱਲ ਰਿਹਾ, ਪੋਲਿੰਗ ਸਟਾਰਟ ਹੋ ਗਈ। ਦੇਖਿਆ ਜਾਂਦਾ ਤੁਹਾਡੇ ਵੱਲੋਂ ਹਰ ਇੱਕ ਇੱਕ ਬੂਥ ਕਿਹੜਾ ਤੁਸੀਂ ਆਪ ਜਾ ਕੇ ਕਿਹੜਾ ਚੈੱਕ ਕੀਤਾ ਜਾ ਰਿਹਾ, ਮੁਲਾਜ਼ਮਾਂ ਨਾਲ ਗੱਲਬਾਤ ਵੀ ਕੀਤੀ ਜਾ ਰਹੀ, ਉਹਨਾਂ ਨੂੰ ਇਹ ਵਿਸ਼ਵਾਸ ਵੀ ਕਿਹੜੇ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ? ਜੀ ਜੀ ਨਹੀਂ, ਉਹ ਤਾਂ ਅਸੀਂ ਜਿਹੜੇ ਸਾਡੇ ਫੋਰਸ ਲੱਗੀ ਹੋਈ ਹੈ ਉਹਨਾਂ ਦੀ ਵੈਲਫੇਅਰ ਵੀ ਦੇਖਣਾ ਸਾਡਾ ਫਰਜ਼ ਹੈ, ਔਰ ਉਹ ਅਸੀਂ ਰੈਗੂਲਰਲੀ। ਕਿੰਨੀਆਂ ਕੰਪਨੀਆਂ ਲਗਾਈਆਂ ਗਈਆਂ ਪੈਰਾਮਿਲਟਰੀ ਫੋਰਸ ਤੇ, ਕਿੰਨੇ ਮੁਲਾਜ਼ਮ ਪੰਜਾਬ ਪੁਲਿਸ ਦੇ ਅਫਸਰ ਲਗਾਏ? ਦੋ ਕੰਪਨੀਆਂ ਪੈਰਾਮਿਲਟਰੀ ਦੀਆਂ ਲੱਗੀਆਂ ਹੋਈਆਂ ਜੀ, ਜਿਹੜੇ ਵਲਨਰੇਬਲ ਹੈ, ਜੋ ਐਜ਼ ਪਰ ਨੋਰਮ ਹੈ ਉਹਦੇ ਮੁਤਾਬਿਕ ਸਾਰੀ ਫੋਰਸ ਲੱਗੀ ਹੋਈ ਹੈ ਜੀ। ਉੱਪਰੋਂ ਹੀ ਨੋਰਮ ਆਉਂਦਾ ਹੈ ਜੀ ਉਹਦੇ ਮੁਤਾਬਿਕ। ਪੰਜਾਬ ਪੁਲਿਸ ਦੀ ਗੱਲ ਕਰੀਏ, ਕਿੰਨੇ ਮੁਲਾਜ਼ਮ, ਕਿੰਨੇ ਸੀਨੀਅਰ ਅਫਸਰ ਕਿਹੜੇ ਲੱਗੇ? ਜੀ ਜਿੰਨੇ ਵੀ ਆਫੀਸਰ ਫੀਲਡ ਦੇ ਹੈਗੇ ਆ ਜੀ, ਸਾਡੇ ਸਾਰੇ ਹੀ ਔਨ ਡਿਊਟੀ ਹੈਗੇ ਜੀ। ਜੀ ਗੱਲ ਕਰੀਏ, ਬੀਤੀ ਰਾਤ ਬਹੁਤ ਮਾਹੌਲ ਵੈਸਟ ਹਲਕੇ ਦਾ ਹੋਇਆ ਸੀ, ਥਾਂ ਥਾਂ ਤੇ ਜਾ ਕੇ, ਜਿਸ ਦੇ ਵਿੱਚ ਤੁਹਾਡੇ ਵੱਲੋਂ ਪੂਰਾ ਪ੍ਰਬੰਧ ਕਿਹੜੇ ਕੀਤੇ ਗਏ, ਮੌਕੇ ਤੇ ਪੁਲਿਸ ਜਾ ਕੇ ਕਿਹੜਾ ਮਾਹੌਲ ਨੂੰ ਸ਼ਾਂਤ ਕੀਤਾ ਗਿਆ? ਦੇਖੋ ਮਾਹੌਲ ਬਿਲਕੁਲ ਕੱਲ੍ਹ ਵੀ ਪੀਸਫੁਲ ਸੀਗਾ ਜੀ, ਪੁਲਿਸ ਡੋਮੀਨੇਟ ਕਰ ਰਹੀ ਸੀ, ਪੈਟਰੋਲਿੰਗ ਪਾਰਟੀਜ਼ ਲੱਗੀਆਂ ਹੋਈਆਂ ਸੀ, ਨਾਕੇ ਲੱਗੇ ਹੋਏ ਸੀ, ਇਸ ਕਰਕੇ ਪੁਲਿਸ ਜ਼ਿਆਦਾ ਪ੍ਰੈਜੈਂਸ ਕਰਕੇ ਇਹ ਲੱਗ ਰਿਹਾ ਸੀ ਕਿ ਪਤਾ ਨਹੀਂ ਕੀ ਹੋ ਗਿਆ, ਕੁਛ ਨਹੀਂ ਸੀ, ਬਿਲਕੁਲ ਪੀਸਫੁਲ ਹੈ, ਉਹ ਅੱਜ ਵੀ ਪੀਸਫੁਲ ਰਹੇ। ਵੋਟਰਾਂ ਨੂੰ ਤੁਹਾਡੇ ਵੱਲੋਂ ਕੀ ਅਪੀਲ ਕੀਤੀ? ਬਿਲਕੁਲ ਆ ਕੇ ਵੋਟ ਪਾਉਣ ਜੀ,
ਸਵੇਰੇ ਸਵੇਰੇ ਪਾਉਣ, ਸਗੋਂ ਠੰਡਾ ਮੌਸਮ ਹੈ ਅਤੇ ਜਲਦੀ ਵੋਟਿੰਗ ਹੋਏ, ਜ਼ਿਆਦਾ ਵੋਟ ਪਾਉਣ।